ਤੁਹਾਨੂੰ ਕੀ ਲੱਗਦਾ ਕਿ ਜਦੋਂ ਅਸੀਂ ਫਰੈਂਡਸ ਬਣਾਉਂਦੇ ਆ ਉਹਨਾਂ ਦੇ ਵਿੱਚ ਕੁੜੀਆਂ ਵਧੀਆ ਦੋਸਤ ਹੁੰਦੀਆਂ ਜਾਂ ਫਿਰ ਮੁੰਡੇ? ਫੀਮੇਲ ਜ਼ਿਆਦਾ ਬੈਟਰ ਰਹਤੀ ਹੈ ਮੇਰੇ ਹਿਸਾਬ ਸੇ। ਮੇਲ ਮੇਰੇ ਹਸਬੈਂਡ ਬਹੁਤ ਅੱਛੇ ਦੋਸਤ ਹੈ, ਮੇਰੇ ਫਰੈਂਡ ਹੈ। ਮੁੰਡੇ ਤਾਂ ਮਜ਼ੇ ਨਾਲ ਸੁਣਦੇ, ਅੱਛਾ ਕੁੜੀਆਂ 'ਚ ਇਹ ਗੱਲਾਂ ਹੁੰਦੀਆਂ ਆ, ਅੱਛਾ ਉਹ ਇੱਦਾਂ ਸੋਚਦੀ ਆ। अगर गर्ल्स के बारे में कहो तो फिर वो सारी प्रॉब्लम शेयर भी कर सकते हैं, बॉयज के साथ इतना फ्रेंडली नहीं हो सकते। इंग्लिश इंट्रोडक्शन देंगे। थैंक यू फॉर टॉकिंग टू अस, वी आर रियली प्लेजर टू हियर, थैंक यू सो मच। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਨੀਲਮ ਕੁਈਨ, ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਜੀ। ਪਾਰਕ ਦੇ ਵਿੱਚ ਆ ਗਈ ਹਾਂ ਕੈਮਰਾਮੈਨ ਮਨਰਾਜ ਦੇ ਨਾਲ, ਲੋਕਾਂ ਨਾਲ ਜਾ ਕੇ ਮੈਂ ਗੱਲਾਂ ਬਾਤਾਂ ਕਰਨੀ ਆ। ਇਹ ਕਈ ਵਾਰੀ ਤੁਸੀਂ ਵੀ ਅਬਜ਼ਰਵ ਕੀਤਾ ਹੋਣਾ, ਸੁਣਿਆ ਵੀ ਹੋਣਾ ਆ ਕਿ ਮੁੰਡਿਆਂ ਦੀਆਂ ਕੁੜੀਆਂ ਚੰਗੀਆਂ ਦੋਸਤ ਹੁੰਦੀਆਂ, ਜਿਨ੍ਹਾਂ ਨਾਲ ਹਰ ਗੱਲ ਸ਼ੇਅਰ ਕਰਦੇ, ਅਤੇ ਕੁੜੀਆਂ ਦੇ ਮੁੰਡੇ ਦੋਸਤ ਹੁੰਦੇ ਆ ਜਿਹੜੀਆਂ ਕਿ ਉਹ ਕਈ ਵਾਰੀ ਸਹੇਲੀਆਂ ਨਾ ਜਾਂ ਦੋਸਤ ਦੋਸਤਾਂ ਨਾਲ ਵੀ ਨਹੀਂ ਗੱਲਾਂ, ਮਤਲਬ ਕਿ ਉਹਨਾਂ ਨੂੰ ਟਰੱਸਟਵਰਦੀ ਜਾਂ ਵੈਸੇ ਹੀ ਟਰੱਸਟ ਇਸ਼ੂਜ਼ ਹੀ ਹੁੰਦੇ ਆ। ਹੁਣ ਮੈਂ ਇਹ ਪੁੱਛਣਾ ਜਾ ਕੇ ਕਿ ਕੁੜੀਆਂ ਵਧੀਆ ਦੋਸਤ ਹੁੰਦੀਆਂ ਜਾਂ ਫਿਰ ਮੁੰਡੇ, ਓਵਰਆਲ ਦੋਸਤ ਲੋਕਾਂ ਦਾ ਕੀ ਕਹਿਣਾ, ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਅਤੇ ਮੈਂ ਅਖੀਰ ਦੇ ਉੱਤੇ ਆਪਣਾ ਪੁਆਇੰਟ ਆਫ ਵਿਊ ਦੂੰਗੀ। ਅੱਜ ਚੱਲਦੇ ਹਾਂ। ਕਿੱਦਾਂ ਜੀ, ਠੀਕ ਹੋ? ਹਾਂਜੀ ਬਿਲਕੁਲ ਠੀਕ ਹੈ। ਮੈਂ, ਤੁਸੀਂ ਠੀਕ ਹੋ? ਬੜੀਆ। ਤੁਸੀਂ ਠੀਕ ਹੋ? ਹਾਂਜੀ ਬੋਲੋ। ਹਾਂਜੀ ਓਕੇ। ਕਿੱਥੋਂ ਦੇ ਹੋ ਤੁਸੀਂ? ਬੇਸਿਕਲੀ ਮੈਂ ਲੁਧਿਆਣਾ ਤੋਂ। ਤੁਸੀਂ? ਹਿਮਾਚਲ। ਮੈਂ ਹਾਂ ਪਕੜਾਤੀ ਹੂੰ। ਹਿਮਾਚਲ? ਹਿਮਾਚਲ ਤੋਂ। ਕੀ ਕਰਦੇ ਹੋ? ਮੈਂ ਜੌਬ ਕਰਦਾ ਇੱਥੇ। ਦੋਨੋਂ ਕੇ ਲਈ ਹੈ ਮੇਰੇ ਹਿਸਾਬ ਸੇ, ਕਾਮ ਵਾਲੇ ਕੇ ਲਈ ਵੀ ਹੋਤਾ ਹੈ, ਘਰ ਵਾਲੋ ਕੇ ਲਈ ਵੀ ਹੋਤਾ ਹੈ। हेडेक दोनों तरफ से, काम के लिए भी है, देखो पूरा बिजी शेड्यूल होता है उसके लिए, काम के लिए भी रहता है, और घर वालों के लिए घर का शेड्यूल होता है तो उसके हिसाब से वैसे भी रहता है। बिल्कुल, उन्होंने यही टेंशन होती है, हम सवेरे ये बना लिया, दोपहरे की बनाना, दोपहरे बना लिया फिर राती की बनाना, फिर अगले दिन रिपीट नहीं होना चाहिए। ओके, बच्चे लिए अलग, बिना मिर्च तो होना। बिल्कुल, हर किसी की चॉइस का ख्याल रखना पड़ता है। हां जी बिल्कुल रखना पड़ता है। मेरा आज का टॉपिक है, तुहानू की लगता कि जो असि फ्रेंड्स बनाते हैं उन्हां दे विच ਕੁੜੀਆਂ ਵਧੀਆ ਦੋਸਤ ਹੁੰਦੀਆਂ ਜਾਂ ਫਿਰ ਮੁੰਡੇ? ਓਵਰਆਲ ਗੱਲ ਕਰਦੀ ਹਾਂ, ਕੋਈ ਇਹਦੇ 'ਚ ਇਹ ਨਹੀਂ ਹੈਗਾ ਕਿ ਕਿੱਦਾਂ ਦੀਆਂ ਗੱਲਾਂ ਕਰਨੀਆਂ, ਨਾ ਓਵਰਆਲ ਡਿਪੈਂਡ ਕਰਦਾ ਹੈ ਪਰਸਨ ਕੇ ਉੱਪਰ। ਦੋਨੋਂ ਮੇਰੇ ਹਿਸਾਬ ਸੇ ਐਸਾ ਨਹੀਂ ਹੈ ਕਿ ਲੜਕੀਆਂ ਸਹੀ ਹੋਤੀ ਹੈ ਜਾਂ ਲੜਕੇ ਸਹੀ ਹੋਤੇ ਹੈ, ਦੋਨੋਂ ਵੀ ਸਹੀ ਹੋਤੇ ਹੈ, ਬਟ ਡਿਪੈਂਡ ਕਰਦਾ ਹੈ ਸਿਚੁਏਸ਼ਨ ਕੇ ਉੱਪਰ। ਇਹ ਨਹੀਂ, ਇਹ ਕਹਿਣਾ ਗਲਤ ਹੈ ਕਿ ਲੜਕੀਆਂ ਸਹੀ ਨਹੀਂ ਹੈ ਔਰ ਲੜਕੇ ਸਹੀ ਨਹੀਂ ਹੈ, ਮੇਰੇ ਹਿਸਾਬ ਸੇ ਦੋਨੋਂ 100%। ਤੁਸੀਂ ਕੀ ਕਹਿੰਦੇ ਹੋ? ਹਾਂ ਬਿਲਕੁਲ ਸੇਮ, ਮੈਂ ਐਗਰੀ ਕਰਦੀ ਹਾਂ। ਜ਼ਰੂਰ ਇਹ ਨਹੀਂ ਹੁੰਦਾ ਕਿ ਹਾਂ ਵੀ ਲੜਕੇ ਹੀ ਸਹੀ ਹੋਣ ਜਾਂ ਲੜਕੀਆਂ ਹੀ ਸਹੀ ਹੋਣ, 50-50 ਹੈ। ਕਈ ਵਾਰ ਅੱਛੀ ਦੋਸਤੀ ਲੜਕੀਆਂ ਵੀ ਨਿਭਾਉਂਦੀਆਂ ਹਨ, ਕਈ ਅੱਛੇ ਲੜਕੇ ਵੀ ਨਿਭਾਉਂਦੇ ਹਨ। ਅੱਛਾ, ਅਤੇ ਕਦੇ ਇੱਦਾਂ ਹੋਇਆ ਕਿ ਕੋਈ ਇੱਕ ਫਰੈਂਡ, ਭਾਵੇਂ ਉਹ ਕੁੜੀ ਆ ਭਾਵੇਂ ਉਹ ਮੁੰਡਾ ਆ, ਤੁਹਾਡੇ ਹੈ ਜਿਨ੍ਹਾਂ ਨਾਲ ਤੁਸੀਂ ਹਰ ਗੱਲ ਸ਼ੇਅਰ ਕਰਦੇ ਹੋ ਕਿ ਦੋ ਤਿੰਨ ਰੱਖਿਆ ਕਿ ਇਹਨੂੰ ਇਹ ਕੁ ਗੱਲਾਂ ਦੱਸਣੀਆਂ, ਇਹਨੂੰ ਇੰਨੀਆਂ ਕੁ ਗੱਲਾਂ ਦੱਸਣੀਆਂ, ਇਹਨੂੰ ਇੱਦਾਂ ਫਰੈਂਡਸ ਡਿਵਾਈਡ ਕੀਤੇ ਹੋਏ ਆ? ਐਕਚੁਅਲੀ ਮੈਰਿਜ ਤੋਂ ਪਹਿਲਾਂ ਤਾਂ ਬਹੁਤ ਸੀ, ਬਟ ਅਭੀ ਸਾਰੇ ਲੁਧਿਆਣਾ ਛੁੱਟ ਗਏ ਮੇਰੇ, ਤਾਂ ਹੁਣ ਚੰਡੀਗੜ੍ਹ 'ਚ ਜਦ ਤੱਕ ਜੋਬ ਕੀਤੀ। ਬਾਅਦ ਵੀ ਸਹੇਲੀਆਂ, ਫਰੈਂਡ ਸਰਕਲ ਤਾਂ ਹੁੰਦਾ ਹੀ ਆ। ਨਹੀਂ ਨਹੀਂ, ਉਹ ਲੁਧਿਆਣਾ ਜਾ ਕੇ ਥੋੜ੍ਹੀ ਗੋਸਿਪ ਹੁੰਦੀ ਹੈ, ਫੋਨ 'ਤੇ ਹੈ ਵੀ ਫਰੈਂਡ ਇੱਕ, ਪਰ ਅੱਜ ਕੱਲ੍ਹ ਉਹ ਟੀਚਰ ਹੈ, ਉਹ ਕੋਲ ਟਾਈਮ ਨਹੀਂ ਹੈ, ਇਸ ਕਰਕੇ ਮੇਰੇ ਹਸਬੈਂਡ ਬਹੁਤ ਅੱਛੇ ਦੋਸਤ ਹੈ, ਮੇਰੇ ਫਰੈਂਡ ਹੈ। ਅੱਛਾ, ਤੁਸੀਂ ਦੱਸੋ। ਮੇਰੇ ਨਹੀਂ, ਐਸਾ ਕੋਈ ਪਰਟੀਕੁਲਰ ਨਹੀਂ ਹੈ। ਇੱਕ ਫਰੈਂਡ ਥਾ, ਮਤਲਬ ਜੋਬ ਕਰਨੇ ਸੇ ਪਹਿਲੇ ਅਗਰ ਮੈਂ ਬਾਤ ਕਰੂੰ, ਹਿਮਾਚਲ ਮੈਂ, ਉਹ ਅੱਜ ਵੀ ਹੈ, ਉਹ ਬੈਸਟੀ ਹੈ, ਤੋ ਮੈਂ ਕਭੀ ਕੁਛ ਬਾਤਾਂ ਹੋਤੀ ਤੋ ਮੈਂ ਉਸਸੇ ਸ਼ੇਅਰ ਕਰ ਲੇਤਾ ਹੂੰ, ਬਟ ਇਹ ਨਹੀਂ ਹੈ ਕਿ ਇਸਕੇ ਲਈ, ਇਸ ਟੋਪਿਕ ਕੇ ਲਈ ਅਲੱਗ ਫਰੈਂਡ ਹੈ, ਉਸਕੇ ਲਈ ਫਰੈਂਡ ਇੱਕ ਹੀ ਹੈ ਮੇਰੇ ਹਿਸਾਬ ਸੇ, ਇੱਕ ਹੀ ਹੋਣਾ ਸੀ। ਲਿਮਿਟ ਸਿਰਫ ਇੱਥੇ ਲੱਗੀ, ਇੱਥੇ ਕਿੰਨੀ ਕੁ ਗੱਲ ਦੱਸਣੀ ਹੈ? ਨਹੀਂ ਉਹ ਤੋ ਦੇਖੋ, ਇੱਧਰ ਤੋ ਕਰਨਾ ਹੀ ਪੜਦਾ ਹੈ, ਇੱਧਰ ਤੋ ਸਭ ਕੁਛ ਹੀ ਬਤਾਨਾ ਪੜਦਾ ਹੈ। ਸੇਮ ਹੀ ਆ, ਨਹੀਂ ਐਕਚੁਅਲੀ ਕੀ ਹੈ ਕਿ ਮੈਂ ਜਦੋਂ ਮੈਰਿਜ ਤੋਂ ਬਾਅਦ ਕਿਹਾ ਮੈਂ ਆਪਣੇ ਹਸਬੈਂਡ ਨਾਲ ਹਰ ਗੱਲ ਸ਼ੇਅਰ ਕਰਦੀ ਹਾਂ, ਹਾਂ ਤਾਂ ਮੇਰਾ ਹਸਬੈਂਡ ਤੋਂ ਵਧੀਆ ਮੇਰਾ ਕੋਈ ਬੈਸਟ ਫਰੈਂਡ ਨਹੀਂ ਹੈ। ਚਲੋ ਵਧੀਆ ਗੱਲ ਹੈ, ਅਤੇ ਇਹ ਬੌਂਡਿੰਗ ਇੱਦਾਂ ਹੀ ਰਹੂਗੀ ਅਤੇ ਵਧੀਆ ਗੱਲ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਖਾ ਲਓ ਆਈਸਕ੍ਰੀਮ ਜਾ ਕੇ। ਥੈਂਕ ਯੂ ਬੋਲੋ। ਥੈਂਕ ਯੂ। ਕਿੱਦਾਂ ਜੀ, ਠੀਕ ਹੋ? ਹਾਂਜੀ ਹਾਂਜੀ। ਕਿੱਥੋਂ ਦੇ ਹੋ ਤੁਸੀਂ? ਮੈਂ ਹਰਿਆਣਾ ਦਾ ਜੀ।
ਇੱਥੇ ਘੁੰਮਣਾ ਹੈ ਕਿੱਥੇ ਰਹਿੰਦੇ ਹੋ ਨਹੀਂ ਇਧਰ ਮੈਂ ਯਹਾਂ ਪੇ ਰਹਿਤਾ ਹੂੰ ਪਿਛਲੇ 6 ਇਅਰ ਸੇ ਕੀ ਕਰਦੇ ਹੋ ਮੈਂ ਆਈਟੀ ਕੰਪਨੀ ਮੇ ਜੌਬ ਕਰਤਾ ਹੂੰ ਵਧੀਆ ਚੱਲ ਰਿਹਾ ਹਾਂਜੀ ਹਾਂਜੀ ਵਧੀਆ ਜੀ ਇਸ ਚ ਗੱਲ ਨੂੰ ਤੁਸੀਂ ਕਿੰਨਾ ਕੁ ਐਗਰੀ ਕਰਦੇ ਹੋ ਜਿਹੜੇ ਆਈਟੀ ਡਿਪਾਰਟਮੈਂਟ ਵਾਲੇ ਆ ਹੁੰਦੇ ਆ ਹਾਂਜੀ ਉਹ ਜ਼ਿਆਦਾਤਰ ਟੈਨਸ਼ਨ ਜਿਹੀ ਰਹਿੰਦੇ ਆ ਜਦੋਂ ਦੇਖੋ ਮੂੰਹ ਜੇ ਉਹਨਾਂ ਦਾ ਇਦਾਂ ਲੱਗਦਾ ਰਹਿੰਦਾ ਕਿ ਪਤਾ ਨਹੀਂ ਕਿੰਨਾ ਬਰਡਨ ਆ ਨਹੀਂ ਐਸਾ ਤਾਂ ਨਹੀਂ ਮੈਨੂੰ ਇਹ ਲੱਗਦਾ ਮੈਂ ਜਿਹਨੂੰ ਵੀ ਦੇਖਦੀ ਨਹੀਂ ਆਪ ਮੇਰੇ ਕੋ ਦੇਖ ਲਓ ਮੇਰੇ ਕੋ ਦੇਖ ਯੰਗਸਟਰਸ ਜ਼ਿਆਦਾ ਟੈਨਸ਼ਨ ਲੈਂਦੇ ਆ ਨਹੀਂ ਯੰਗਸਟਰ ਵੀ ਨਹੀਂ ਲੈਂਦੇ ਐਸਾ ਤਾਂ ਯੰਗਸਟਰ ਦਾ ਇਹ ਹੈ ਅੱਜ ਕੱਲ੍ਹ ਕੀ ਜੋ ਜਨਰੇਸ਼ਨ ਹੈ ਨਾ ਉਹ ਥੋੜ੍ਹਾ ਬੋਲਡ ਮਾਇੰਡ ਕੀ ਹੈ ਉਹ ਕਹਤੇ ਕਿ ਵੀ ਹਮੇ ਫ੍ਰੀ ਮਾਇੰਡ ਛੋੜ ਦੇ ਉਹ ਇਸ ਤਰ੍ਹਾਂ ਕਿ ਉਨਕੀ ਟੈਨਸ਼ਨ ਰਹਿਤੀ ਹੈ ਕਿ ਵੀ ਹਮੇ ਕੁਛ ਨਾ ਕਰਨਾ ਪੜੇ ਕਿ ਵੀ ਹਮੇ ਸਿਰਫ ਆ ਜਾਏ ਕੰਮ ਘੱਟ ਕਰੀਏ ਪੈਸੇ ਜ਼ਿਆਦਾ ਮਿਲਣ ਇਹ ਹੁੰਦਾ ਉਹਨਾਂ ਨੂੰ ਇਹ ਚਾਹੀਦਾ ਟੈਨਸ਼ਨ ਇਸ ਕਰਕੇ ਟੈਨਸ਼ਨ ਲੈਂਦੇ ਨੇ ਬਸ ਦੂਸਰੇ ਇਹ ਹੈ ਕਿ ਦੂਸਰੇ ਕੋ ਦੇਖ ਕੇ ਹਮੇਸ਼ਾ ਲੋਕ ਦੁਖੀ ਹੋਤੇ ਹੈ ਬਿਲਕੁਲ ਸਹੀ ਕਿਉਂ ਸੁਖੀ ਕਿਉਂ ਵੋ ਇਹ ਸੁਖੀ ਨਹੀਂ ਹੋਤੇ ਉਹ ਇਹ ਨਹੀਂ ਦੇਖਤੇ ਕਿ ਦੂਸਰਾ ਬੜ ਰਿਹਾ ਚਲੋ ਹਮ ਵੀ ਉਸਕੀ ਤਰ੍ਹਾਂ ਬੜ ਸਕੇ ਕੈਸੇ ਬੜਨਾ ਹੈ ਮਿਹਨਤ ਕਰਕੇ ਬਸ ਇਹ ਫਰਕ ਹੈ ਜੀ ਓਕੇ ਠੀਕ ਹੈ ਮੈਂ ਨਾ ਮੇਰਾ ਅੱਜ ਦਾ ਟੌਪਿਕ ਆ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਚੰਗੀਆਂ ਦੋਸਤ ਹੁੰਦੀਆਂ ਫੀਮੇਲ ਚੰਗੀ ਦੋਸਤ ਹੁੰਦੀ ਹੈ ਜਾਂ ਮੇਲ ਚੰਗਾ ਦੋਸਤ ਹੁੰਦਾ ਓਵਰਆਲ ਗੱਲ ਕਰ ਰਹੀ ਹਾਂ ਓਵਰਆਲ ਦੇਖਿਆ ਜਾਏ ਤਾਂ ਫੀਮੇਲ ਜ਼ਿਆਦਾ ਬੈਟਰ ਰਹਤੀ ਹੈ ਕਿਉਂ ਵੋ ਇਸ ਲਈ ਕਿ ਇੱਕ ਜੋ ਮੇਲਸ ਹੋਤੇ ਹੈ ਨਾ ਆਪਸ ਮੇਂ ਮੇਲਸ ਜਬ ਰਹਤੇ ਹੈ ਫਰੈਂਡ ਸਰਕਲ ਮੇਂ ਤੋ ਉਨਕਾ ਐਟੀਟਿਊਡ ਚੇਂਜ ਹੋਤਾ ਹੈ ਇੱਕ ਤੋ ਜੋ ਉਨਕੀ ਪਰਸਨੈਲਿਟੀ ਡਿਵੈਲਪਮੈਂਟ ਹੈ ਉਹ ਡਿਫਰੈਂਟ ਰਹਤੀ ਹੈ ਠੀਕ ਹੈ ਜਬ ਆਪ ਕੋਈ ਫੀਮੇਲ ਦੋਸਤ ਹੋਤੀ ਹੈ ਯਾ ਫੀਮੇਲ ਕੇ ਸਾਥ ਕਲਚਰ ਮੇਂ ਆਪ ਕਿਸੀ ਕਾਰਪੋਰੇਟ ਸੋਸਾਇਟੀ ਮੇਂ ਬੈਠਤੇ ਹੈ ਤੋ ਉਸ ਮੇਂ ਆਪਕਾ ਜੋ ਕਲਚਰ ਹੈ ਆਪਕੀ ਜੋ ਡਿਵੈਲਪਮੈਂਟ ਹੈ ਵੋ ਜ਼ਿਆਦਾ ਹੋਤੀ ਹੈ ਪਰਸਨੈਲਿਟੀ ਡਿਵੈਲਪਮੈਂਟ ਓਕੇ ਓਕੇ ਔਰ ਉਸ ਮੇਂ ਇੱਕ ਕਲਚਰ ਆਤਾ ਹੈ ਕਿ ਵੀ ਆਪਕੋ ਕਿਸ ਤਰ੍ਹਾਂ ਬਾਤ ਕਰਨੀ ਹੈ ਬਿਹੇਵੀਅਰ ਆਪਕਾ ਠੀਕ ਹੋਤਾ ਹੈ ਲੇਕਿਨ ਜਬ ਹਮ ਬੋਆਇਜ਼ ਕੇ ਅੰਦਰ ਬੈਠਤੇ ਹੈ ਯਾ ਆਪ ਇੱਕ ਚੀਜ਼ ਦੇਖੋ ਜਬ ਗਰਲਸ ਗਰਲਸ ਆਪਸ ਮੇਂ ਬੈਠੀ ਹੋਤੀ ਬਾਤ ਕਰ ਰਹੀ ਥੀ ਉਨਕਾ ਬਿਹੇਵੀਅਰ ਵੀ ਚੇਂਜ ਰਹਤਾ ਹੈ ਲੇਕਿਨ ਇੱਕ ਸੋਸਾਇਟੀ ਮੇਂ ਰਹਿਣੇ ਕੇ ਲੀਏ ਇੱਕ ਫੀਮੇਲ ਦੋਸਤ ਕਾ ਹੋਣਾ ਵੀ ਜ਼ਰੂਰੀ ਹੋਤਾ ਹੈ ਕਿਉਂਕਿ ਆਪਕੋ ਪਤਾ ਲੱਗੇ ਆਪਕੋ ਬਿਹੇਵ ਕੈਸੇ ਕਰਨਾ ਹੈ ਫੀਮੇਲਸ ਕੇ ਸਾਥ ਉਸਕੀ ਰਿਸਪੈਕਟ ਕੈਸੇ ਕਰਨੀ ਹੈ ਆਪਕੋ ਲੇਕਿਨ ਅੱਜ ਕੱਲ੍ਹ ਇਹ ਚੀਜ਼ੇ ਨਹੀਂ ਹੈ ਕਿਸੀ ਕੇ ਅੰਦਰ ਇੱਕ ਦੂਸਰੇ ਕੋ ਨੀਚਾ ਦਿਖਾਣੇ ਕੇ ਲੀਏ ਰਹਤੀ ਹੈ ਇਸ ਲਈ ਮੈਂ ਚਾਹਤਾ ਹੂੰ ਕਿ ਬੈਟਰ ਹੈ ਇੱਕ ਫੀਮੇਲ ਦੋਸਤ ਸਾਥ ਮੇਂ ਜਿੱਦਾਂ ਕਹਿੰਦੇ ਕਿ ਜਿਹੜੀਆਂ ਫੀਮੇਲ ਆ ਉਹ ਤਾਂ ਗੱਲਾਂ ਹੀ ਬਹੁਤ ਕਰਦੀਆਂ ਇੱਧਰ ਦਿਸਣਾ ਉੱਧਰ ਦਿਸਣਾ ਜਿਹੜਾ ਮਰਜ਼ੀ ਫਰੈਂਡ ਹੋਵੇ ਫਿਰ ਇਹ ਚੀਜ਼ਾਂ ਦਾ ਨਹੀਂ ਸਾਹਮਣਾ ਕਰਨਾ ਪੈਂਦਾ ਨਹੀਂ ਦੇਖੋ ਸਾਹਮਣਾ ਤਾਂ ਕਰਨਾ ਪੜਦਾ ਉਹ ਮੇਲ ਕੇ ਉੱਪਰ ਡਿਪੈਂਡ ਕਰਦਾ ਹੈ ਕਿ ਉਹ ਉਸਕੋ ਕੈਸੇ ਹੈਂਡਲ ਕਰਦਾ ਹੈ ਮੈਨੂੰ ਲੱਗਦਾ ਕਿ ਕੁੜੀਆਂ ਇੱਕ ਦੂਜੇ ਦੀ ਗੱਲਾਂ ਸੁਣ ਸੁਣ ਕੇ ਇਰੀਟੇਟ ਹੋ ਜਾਂਦੀਆਂ ਨੇ ਮੁੰਡੇ ਤਾਂ ਮਜ਼ੇ ਨਾਲ ਸੁਣਦੇ ਅੱਛਾ ਕੁੜੀਆਂ 'ਚ ਇਹ ਗੱਲਾਂ ਹੁੰਦੀਆਂ ਆ ਅੱਛਾ ਉਹ ਇੱਦਾਂ ਸੋਚਦੀ ਆ ਨਹੀਂ ਉਹ ਤਾਂ ਖੈਰ ਲੜਕੋ ਕੋ ਰਹਿਤਾ ਹੀ ਹੈ ਥੋੜ੍ਹਾ ਸਾ ਲੇਕਿਨ ਉਹ ਆਪਣੇ ਉੱਪਰ ਡਿਪੈਂਡ ਕਰਦਾ ਹੈ ਦੇਖੋ ਬੋਆਇਜ਼ ਕੋ ਕਿ ਵੀ ਆਪਕੋ ਉਸਕੋ ਕੈਸੇ ਹੈਂਡਲ ਕਰਨਾ ਹੈ ਆਪ ਕੈਸੇ ਉਸਕੋ ਬੈਟਰ ਤਰੀਕੇ ਸੇ ਸਮਝਾ ਸਕਤੇ ਹੋ ਕਿ ਸੋਸਾਇਟੀ ਮੇਂ ਕੈਸੇ ਰਹਿਣਾ ਹੈ ਕੈਸੇ ਨਹੀਂ ਰਹਿਣਾ ਇਹ ਜ਼ਿਆਦਾ ਜ਼ਰੂਰੀ ਹੈ ਮੇਰੇ ਹਿਸਾਬ ਵੱਡੇ ਫਰੈਂਡ ਸਰਕਲ 'ਚ ਜ਼ਿਆਦਾ ਕੁੜੀਆਂ ਕਿ ਮੁੰਡੇ ਓਨੈਸਟਲੀ ਮੇਰੇ ਦੋਨੋਂ ਹੀ ਹੈ ਬੈਲੈਂਸ ਹੈ ਹਾਂ ਬੈਲੈਂਸ ਹੀ ਹੈ ਕਦੇ ਇਦਾਂ ਹੋਇਆ ਕਿ ਕਈ ਵਾਰੀ ਹੁੰਦਾ ਨਾ ਫਰੈਂਡਸ ਤੁਸੀਂ ਡਿਵਾਈਡ ਕੀਤੇ ਹੁੰਦੇ ਕਿ ਆਹ ਫਰੈਂਡ ਨੂੰ ਇੱਦਾਂ ਕਦੀਆਂ ਫੈਮਿਲੀ ਦੀਆਂ ਗੱਲਾਂ ਦੱਸਣੀਆਂ ਆਹ ਫਰੈਂਡ ਨੂੰ ਆਫਿਸ ਦੀਆਂ ਗੱਲਾਂ ਸ਼ੇਅਰ ਕਰਨੀਆਂ ਆਹ ਫਰੈਂਡ ਨੂੰ ਬਾਹਰਲੀਆਂ ਗੱਲਾਂ ਸ਼ੇਅਰ ਕਰਨੀਆਂ ਜ਼ਰੂਰੀ ਨਹੀਂ ਕਿ ਹਰ ਇੱਕ ਫਰੈਂਡ ਨੂੰ ਹੀ ਸਾਰੀਆਂ ਗੱਲਾਂ ਸ਼ੇਅਰ ਕਰਨੀਆਂ ਇੱਦਾਂ ਹੁੰਦਾ ਡਿਵਾਈਡ ਨਹੀਂ ਐਸਾ ਤਾਂ ਅੱਜ ਤੱਕ ਮੈਨੇ ਕਦੀ ਕੀਆ ਨਹੀਂ ਹਾਂ ਔਰ ਕੋਈ ਕਰਤਾ ਹੋ ਤਾਂ ਮੈਂ ਕੁਛ ਕਹਿ ਨਹੀਂ ਸਕਤਾ ਲੇਕਿਨ ਮੈਨੇ ਕਦੀ ਸ਼ੇਅਰ ਨਹੀਂ ਕੀ ਪਰਿਵਾਰਿਕ ਚੀਜ਼ੇ ਜੋ ਹੈ ਜੋ ਹਾਂ ਜ਼ਿਆਦਾ ਕਲੋਜ਼ ਹੈ ਤਾਂ ਉਨਸੇ ਹਮ ਕਰ ਲੈਤੇ ਹੈ ਜਿੰਨੀ ਕੁ ਕਰਨੀ ਚਾਹੀਦੀ ਹਾਂ ਬਸ ਲਿਮਿਟ ਟੂ ਲਿਮਿਟ ਠੀਕ ਕਿੱਦਾਂ ਜੀ ਠੀਕ ਹੋ ਹਾਂਜੀ ਹਾਂਜੀ ਕਿਹੜੀ ਕਲਾਸ 'ਚ ਏਟਥ ਮੈਂ ਵੀ ਏਟਥ 'ਚ ਹੀ ਹਾਂ ਨਾਈਨਥ ਸੇਮ ਕਲਾਸ 'ਚ ਹੀ ਹੋ ਸੇਮ ਸਕੂਲ ਨਹੀਂ ਨਹੀਂ ਪਹਿਲਾਂ ਪਿਛਲੇ ਸਾਲ ਆਪਾਂ ਸੇਮ ਸਕੂਲ 'ਚ ਸੀਗੇ ਬਟ ਇਸ ਸਾਲ ਇਹਨੇ ਚੇਂਜ ਕਰਿਆ ਔਰ ਇਸ ਤੋਂ ਬਾਅਦ ਮੈਂ ਵੀ ਸੇਮ ਸਕੂਲ 'ਚ ਚੱਲ ਜੂੰਗੀ ਇਹਨੇ ਚੇਂਜ ਕਿਉਂ ਚੇਂਜ ਕੀਤਾ ਮਤਲਬ ਉਹ ਸਕੂਲ ਅੱਛਾ ਨਹੀਂ ਥਾ ਮਤਲਬ ਉਹਨੇ ਮਤਲਬ ਥਾ ਕਿ ਕੰਪੀਟੀਸ਼ਨ ਹੋਣਾ ਚਾਹੀਏ ਇਸ ਲਈ ਇਸਨੇ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਨਾ ਮਤਲਬ ਡਾਂਸ ਲਾਈਕ ਪੜ੍ਹਾਈ ਮੇਂ ਸਟੱਡੀ ਮੇਂ ਔਰ ਐਸੇ ਬੈਕਗ੍ਰਾਉਂਡ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਜਿਹੜੀਆਂ ਮਤਲਬ ਰਾਈਟਿੰਗਸ ਵਗੈਰਾ ਯਾਰ ਯੋਗਾ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਨਾ ਉਸ 'ਚ ਉਹਨਾਂ ਦਾ ਕੋਈ ਸਾਨੂੰ ਦਿਖਦਾ ਨਹੀਂ ਸੀਗਾ ਤਾਂ ਕਰਕੇ ਉਹਨਾਂ ਨੇ ਚੇਂਜ ਕਰ ਲਿਆ ਤੁਸੀਂ ਵੀ ਕਰ ਲੈਣਾ ਚਾਹੀਦਾ ਹਾਂਜੀ ਕਿਉਂਕਿ ਹੈ ਨਾ ਤਿੰਨ ਬ੍ਰਦਰ ਸਿਸਟਰ ਹੈ ਨਾ ਫਿਰ ਇੱਕ ਵਾਰੀ 'ਚ ਜਾਣਾ ਪੈਂਦਾ ਸਾਨੂੰ ਹਾਂ ਔਰ ਫਿਰ ਇੱਕ ਵਾਰੀ 'ਚ ਚੇਂਜ ਕਰਨਾ ਵੀ ਔਖਾ ਹੁੰਦਾ ਫਿਰ ਮੰਮਾ ਕਹਿ ਰਹੇ ਤੂੰ 10th ਕਰ ਲੈ ਸਕੂਲ ਤੋਂ ਫਿਰ ਤੁਹਾਨੂੰ ਦੋਨਾਂ ਨੂੰ ਹਾਂ ਅੱਛਾ ਠੀਕ ਹੈ ਤੁਸੀਂ ਸਿਸਟਰਸ ਹੋ ਕਿ ਫਰੈਂਡਸ ਹੋ ਅਸੀਂ ਦੋਨੋਂ ਸਿਸਟਰਸ ਹਾਂ ਫਰੈਂਡ ਹੈ ਤੁਸੀਂ ਦੋਨੋਂ ਸੇਮ ਸਕੂਲ 'ਚ ਹਾਂਜੀ ਹਾਂਜੀ ਓਕੇ ਸੋਚਿਆ ਕੁਛ ਵੱਡੇ ਹੋ ਕੇ ਕੀ ਬਣਨਾ ਤੁਸੀਂ ਦੱਸੋ ਪਹਿਲਾਂ ਡਾਕਟਰ ਕਿਹੜੇ ਕਿਸ ਚੀਜ਼ ਦੇ ਆਲ ਓਵਰ ਆਲ ਓਵਰ
एक्चुअली मेरे घर च बहुत से लोगों नू डॉक्टर बनने का शौक है, मेरे मतलब मासी के मुंडे भी, मामू के मुंडे, ईवन साडे जो निक्का भरा है उन्होंने भी बहुत शौक है डॉक्टर बनने का, और ये भी डॉक्टर बनना चाहते हैं। तुसी की बनना? मैं एक्चुअली अपनी फैमिली तो कुछ अलग बनना चाहनी हूं, डॉक्टर नहीं बट मैनू पता भी नहीं डॉक्टर नहीं, क्योंकि ऑल ओवर फैमिली जो डॉक्टर बन जूगी ना तो फिर डॉक्टर फैमिली जो एक वखरा होना चाहिए किसी का, फिर तो अगला वाला बोल ही नहीं पाऊंगा। ठीक है, तुसी एयर होस्टेस? ओह, एयर होस्टेस ही क्यों, क्यों उधर तुम्हारा फोकस है? मतलब उसमें इंग्लिश हमारी अच्छी हो जाती है, इंप्रूव होती है, और हमें मतलब मौका मिलता है कि इंग्लिश हम पढ़ कितना इंग्लिश अभी तो ठीक है, बहुत गंदी बहुत गंदी, हाँ जी, बट मैं इंप्रूव करना चाहती हूँ। अपनी जो इंट्रोडक्शन देनी हो इंग्लिश च, इंग्लिश इंट्रोडक्शन देनी है? माई सेल्फ शाहत, आई एम फ्रॉम मोहाली, आई लिव इन पंजाब बट आई एम करेंटली फ्रॉम उत्तराखंड, आई एम 13 ईयर्स ओल्ड। अच्छा, एयर होस्टेस जिदा वो दसदी होंगी है कि दरवाजे एमरजेंसी वाले इधरों खुलने वो वाले अनाउंसमेंट, जरूरी नहीं कि वह सेम बोलनी आ, ਉਹਨੂੰ ਜੇ ਤੁਸੀਂ ਬੋਲਣਾ ਹੋਵੇ ਕਿੱਦਾਂ ਬੋਲੋਗੇ? ਥੋੜ੍ਹਾ ਡਿਫੀਕਲਟ ਵੈਸੇ ਹੀ, बट अभी मैं फॉलो तो करते होने कुछ की चीजें तो सी देख अभी दे, मतलब अभी मैंने सोचा है, अभी तो मतलब स्टार्टिंग करी है मैंने। इंट्रोडक्शन दो इंग्लिश। हेलो एवरीवन, माय नेम इज गुरलीन, आई एम फ्रॉम मोहाली, माय एज इज 12 years old, my date of birth is 25 September and looking forward for it because I am really excited to taking my gifts, and my school name is Sherwood Convent School which I really don't like and I want to change it to us and I want to change my school really very बस ऐसे नहीं सुनाना, हां ऐसे मेरी जिंदगी तो ऐसे ही है। हेलो एवरीवन, आई एम हरलीन फ्रॉम क्लास 9, आई एम लिव इन पंजाब, I'm currently from Punjab, my birth from Punjab. कोई गल नहीं, कोई गल नहीं, हजे तो तुसी सीख रहे हो, गांगा जाके बहुत वधिया हो जाना है तुसी, मैनू तो इन्नी भी नहीं देनी आउंदी इंट्रोडक्शन, इन्नी भी नहीं, मैं जिन्ना को बोल यूज हो गए पंजाब ती हट गए सारा कुछ, अब पंजाब चो बाहर ही नहीं जाना। अरे नहीं, हो ना पता क्या है, जब तू बोलनी होती है ना उदो जुबान नहीं, एट अ टाइम नहीं लगती, हां एट अ टाइम कोई कह दे उदी बंदा कंफ्यूज हो जाता, उदो ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ ਤੇ ਜਦੋਂ ਤੁਸੀਂ ਕਾਮਨਲੀ ਇੰਗਲਿਸ਼ ਉਹਦਾ ਚਾੜਨੀ ਹੁੰਦੀ ਕਿਸੇ ਹੋਰ ਉੱਤੇ, ਉਦੋਂ ਤੁਹਾਡੇ ਕੋਲ ਬਹੁਤ ਸ਼ਬਦ ਹੁੰਦੇ ਨੇ ਅਣਗਿਣਤ ਸ਼ਬਦ ਹੁੰਦੇ, ਉਸ ਵੇਲੇ ਤੁਹਾਡੇ ਕੋਲ ਅਣਗਿਣਤ ਸ਼ਬਦ ਹੁੰਦੇ ਨੇ, ਫਿਰ ਵਧੀਆ ਨਿਕਲਣੀ ਨਹੀਂ। ਓਕੇ, ਮੇਰਾ ਅੱਜ ਦਾ ਜਿਹੜਾ ਟੌਪਿਕ ਆ ਉਹਦੇ 'ਤੇ ਓਨੈਸਟਲੀ ਰਿਵਿਊ ਦੇਣੇ ਆ, ਹੈ ਨਾ, ਜ਼ਰੂਰੀ ਨਹੀਂ ਕੈਮਰਾ ਚੱਲਦਾ, ਫੈਮਲੀ ਦੇਖਦੀ ਆ, ਕੁਛ ਨਹੀਂ, ਜੋ ਤੁਹਾਨੂੰ ਲੱਗਦਾ ਆ, ਜੋ ਤੁਸੀਂ ਅਬਜ਼ਰਵ ਕੀਤਾ ਆ, ਤੁਹਾਨੂੰ ਕੀ ਲੱਗਦਾ ਆ ਕਿ ਫਰੈਂਡਸ ਜਿਹੜੇ ਆ ਉਹ ਫੀਮੇਲ ਵਧੀਆ ਹੁੰਦੀ ਕਿ ਮੇਲ, ਮਤਲਬ ਗਰਲ ਵਧੀਆ ਹੁੰਦੀ ਫਰੈਂਡ ਜਾਂ ਬੋਏ? गर्ल, बिकॉज वो हमारी फीलिंग को अंडरस्टैंड कर सकती है प्रॉपरली, और मतलब वो हमारे हर एक चीज़ में साथ देती है, मतलब वैसे तो मेल फीमेल मेल बेस्ट फ्रेंड भी अच्छे देते हैं, साथ देते हैं, बट जो मेरा ट्रस्ट है वो फीमेल पे है। ओके, मेरे हिसाब से मेल, बिकॉज नहीं मतलब फीमेल भी मेरी बहुत अच्छी है, बट मेल क्या है कि मैंने आज तक मतलब लाइफ में जब मैं बहुत छोटी थी ना तब बनाया था मैंने अपना मेल बेस्ट फ्रेंड, नहीं अरे उदो तो मैं सीखी ना सेकंड थर्ड च, उदो मेरी ना एक बेस्ट फ्रेंड सीगा, एक्चुअली सच्ची बड़ा चंगा सीगा, बट वेल हुण उहने स्कूल चंगा सी की खास गल्लां सी उहदे, ओ जी गल मतलब मैं निक्की हुंदी ना बड़ी इंट्रोवर्ट सीगी, किस तो गल नहीं करदी सी, ईवन इस तो भी नहीं करदी सी, ते उस टाइम ते सीगा ओह बंदा कल्ला आया सी स्कूल, ओ भी नया सीगा, ओह पहले दिन ही आके मेरे कोल बैठा, उस दिन तो मेरे तो गल करदा रहा, हाँ, और उदो तो फिर उहने भी ना मैनू एक्सट्रोवर्ट बनाता, तां वड्डे हो के हुण मैं इहनां तो गल वगैरह करदी हां, तो उसकी वजह तो क्योंकि उहने मैनू फिर गल मतलब इहदा कुरू कीता ना, मैं नहीं तो मत गल ही नहीं करनी सी इहनां तो वड्डे हो के। तुसी की कहंदे हो? फीमेल सही होंगी है क्योंकि तुसी उस दे नाल हर एक मतलब चीज़ अपनी बिना कुछ सोचे समझे तरह शेयर कर लो, तुहानू जल्दी जज नहीं करूगी किसी भी गल तो, भी तुहानू अपनी जज गल दसूगी और अंडरस्टैंड करूगी तुहानू अच्छी तरह। कुछ गल्लां तो हुंदा ना कि वह मतलब गर्ल्स मैं कई वेखिया है कि जेहड़ी बुरा मान लेंदी है कई चीज़ा ते जो मैनू सच्चे मतलब चंगा लगदा, हाँ तो करके मैं मोस्टली बॉयज़ नू वो करदी हाँ, बट गर्ल्स भी ठीक है। मैनू फ्रेंड्स ज़्यादा मुंडे कि कुड़ियाँ? नॉर्मल, इड्डा कुछ नहीं है, सेम ही है, बस इक्वल इक्वल, मेरे तो मेल्स ज्यादा सेम 50-50 50-50 है। हाँ जी, बेस्ट फ्रेंड का नाम दसो? गुरलीन चार मेरी नहीं है फिलहाल,
बट होमी बेस्टी बनाओ, होमी बेस्टी यार। बट दीदी भी मेरी काइंड ऑफ अ बेस्ट फ्रेंड ही है क्योंकि उनने भी मेरे साथ बहुत साथ दिया है। चलो मैनू बहुत चंगा लगा जी तुहानू गल करके, थैंक यू। थैंक यू। इंग्लिश च जानी बाय बाय करनी स्पीच दे के? अच्छा थैंक यू फॉर टॉकिंग टू अस, वी आर रियली प्रेजर टू यू, थैंक यू सो मच। ओके थैंक यू, बाय बाय। सत श्री अकाल जी। सत श्री अकाल जी। की हाल चाल तुहाडा? मेरा वधिया जी, तुसी सुनाओ। बहुत वधिया, नवा फोन लिया, रिंगटोन सिलेक्ट करते सी। नहीं पुरानी बोरिंग हो गई सी। सुनो मैं भी चेंज करती, सारे दी इक्को जी वजदी रहिंदी, मैं भी अजीब जी रखी, सारे डर जांदे आ की हो गया। कित्थों दे हो? मैं इत्थे दे। बैकग्राउंड? बैकग्राउंड इंजीनियरिंग। ओके, मैं जलंधर तो हाँ। जिदा ठीक है, मैं मोहाली इतें ही इसे पार्क से सैर करते मैं 30 साल हो गए। ओके ओके, की चेंज आया इतने? इतने पापूलेशन बढ़ गई, थोड़ी डिवेलपमेंट बहुत हो गई है, तो बाहरों बहुत लोग आ गए हैं। पहला बहुत थोड़ी पापूलेशन थी, हूँ यही है। होंगे होंगे चीज़ा बनिया आले दुआले सारा कुछ, आ कोठियाँ भी बहुत दो चार ही सी, ये स्कूल बहुत छोटा जा हुंदा सीगा। अच्छा इधर स्कूल आ? हाँ, आ मार्केट पूरी बाद च बनी है। ठीक है, ठीक है। मेरा अज दा टॉपिक है कि तुहानू की लगदा आ कि इंसान दे वधिया दोस्त फीमेल हुंदी या मेल, इंसान कोई भी हो सकता, की सोचदे हो दोस्त? मेरा ख्याल है जेंडर जिमें साड़ी सोसाइटी हैगी है, असी पैट्रियार्च पुरुष प्रधान समाज से जिमें रहने हैं, तो मेरा ख्याल है नौवीं दसवीं तक तो बहुत घट होंगे जोड़े फीमेल फ्रेंड्स बना। ठीक है, बाय बड़ा डर हों पता नहीं की कहे। हाँ मतलब इनसिक्योर होंगे मैं लगता सारे ही, बाय नेचर जिमें है ने, लड़के लड़कियाँ कंफर्टेबल होंगे, लड़कियाँ लड़कियाँ कंफर्टेबल होंगे, तो फिर कुछ होंगे ने जो रिवोल्ट या रैबल होंगे ने, वो फिर मतलब इनिशिएट करते ने दूसरे जेंडर नाल कंटैक्ट करना, तो फिर मेरा ख्याल कॉलेज जाके थोड़ा जा फिर फ्री हो जाता, यूनिवर्सिटी तो फिर मतलब सही गलत का भी पता लग जाता। हाँ जिम्मे हम मेरी बैकग्राउंड है, असी प्लस टू तक DAV कॉलेज पढ़े, वह फॉर मैन से, दसवीं तक जो वैसे ही नहीं होंगे है, उसके बाद मकैनिकल इंजीनियरिंग गया, उ मतलब 50 की क्लास चार कुड़िया सगिया, तो साडा तो सानू वो स्कोप नहीं मिल सकया कि कंपैरिजन कर सकिए कि फीमेल फ्रेंड्स हो या मेल फ्रेंड्स हो। फिर तो तुम्हें ज्यादा होंगे होना कि यार कोई कुड़ी सहेली बन जाए। इदा होंगे ना, आपस में गल्ला भी होंगे, क्योंकि तुम हम डिप्राइवड सुसाइटी रहे जिमें मुंडिया रहे हैं, तो मतलब थोड़ा जा वो जड़ा रहस्य रहा है कि पता नहीं वो क्या होंगे होना। ऐ तो नहीं होंगे जिदा मुंडिया रेंदे ही तानू ऐ बैठे होवो तो पता लग जाता पिछे कुड़ी लंघी खुशबू ही आ जाती है फिल्मा जिदा। ओके अच्छा, जिदा हम कई चीज़ा आ असी फ्रेंड डिवाइड किए होंगे कि यार आ वाले फ्रेंड इन इन गल् दसन, आ फ्रेंड होंगे इन गल् दसन, इदा डिवाइड किए हुए एक दो जने? मैं मेरा ख्याल है भी बाय नेचर रिजर्व रहा, तो मेरे बहुते दोस्त नहीं बन सके। अच्छा जी, जेडे 4-5 दोस्त से काफ़ी पक्के से, उस तो बाद फिर थोड़ी देर रहे इंजीनियरिंग कॉलेज 4 साल कट्ठे रहे, तो वो पूरे पंजाब तो उत्थे आए थे, तो अलग अलग शहर के सके, तो जॉब उस बाद बहुते तो अब्रॉड ही चले गए। ठीक है जी, जेडे उरे रहे वो भी इधर उधर मतलब जिम्मे दिल्ली चला गया, कोई इधर चला गया, तो बहुत जेडे रहे उरे एक दो बहुत क्लोज रहे। ठीक ठीक है जी। चलो मैं बहुत चंगा लगा जी तुम्हारे गल करके, थैंक यू जी। थैंक यू। किस क्लास चो? 6। नाम की है? दिव्या। तुम? 8th। 9th। 9th दिशा। 8th अंशिका। 6th। ओके, को सोचा वड्डे होके की बनना? आर्टिस्ट। केड़े आर्टिस्ट सोचा? कोई ड्राइंग आर्टिस्ट। ओके, डॉक्टर? डॉक्टर। साइंटिस्ट। साइंटिस्ट। रेसर। सिंगर। गाना सुनाओगे आज फिर? गाना है? गाना सुनाओगे? ओके चलो, वो तुम देख के। मैंने तो धीरे से नींदों के धागे से बांधा है ख्वाब को तेरे,
मैं ना जहाँ चाहूँ ना समा चाहूँ आजा हिस्से में तू मेरे। बहुत बढ़िया बहुत बढ़िया। सीखते भी पे हो? मैं जाती हूँ वैसे स्कूल में। ठीक है ओके। मैं थानू ना एक सवाल पूछना है, मेरा टॉपिक आ कि तुहानू की लगता है कि जेडे फ्रेंड्स आ जिदा कहें कि बेस्ट फ्रेंड जेडे आ वो मुंडा सही हुंदा कि कुड़ी? समझे क्वेश्चन मेरा, तुहानू की लगता कि केड़ा वधिया हुंदा गर्ल या बॉय? ऐसे में मतलब अगर सेम जेंडर है तो वो ठीक है। क्यों? ओके दोनों सही होते हैं। दोनों सही होते हैं। ओके जे मैं कुड़ी दी गल करा तो वो हर बात पे लड़ पड़ते हैं। लड़ पंदी है ते मुंडा? वो नहीं लड़ते, वो समझदा है। देखो जी ये देख लो, इन्हें कहता सेम जेंडर नहीं नहीं मतलब ठीक तो दोनों ही होते हैं, अंडरस्टैंडिंग होनी चाहिए। दोनों की लगता दोनों ही होने चाहिए बस। दोनों ही होने चाहिए बस मतलब अच्छे होने चाहिए, लड़ाकू नहीं होने चाहिए। लड़ाकू नहीं होने चाहिए। बेस्ट फ्रेंड होन कौन है, कुड़ी के मुंडा? लड़का ही है। लड़का ही है। क्या नाम है उसका? हां दिव्यांश। लड़ता है वो? लड़ता है वो थोड़ा। क्यों लड़ता है? क्योंकि वो अकेला रहता है। चिड़चिड़ा हो गया? हाँ मेरे लिए तो लड़का सही है। क्यों? क्योंकि लड़की अगर लड़किया से दोस्त बनाया तो फिर पहले तो झगड़ा करते ही है, फिर झूठा इंजाम लगाते हैं कि मैंने किया, खुद घूमी तुम्हें। क्या झूठा इल्जाम लगाते हैं? जैसे अगर शाबना उसकी गुम हो गई तो वो मैम को कहते हैं कि मैंने घुमा दी। ऐसे किया किसी ने? हाँ किया ना। क्या नाम है उसका? अद्विका। अभी बुलाते हैं उसको? हाँ शॉपनर देते हैं उसको? हाँ देता तो हूँ, अब नहीं घुमाते। अच्छा ठीक है। अच्छा तुहानू की लगता कि कुड़ी वधिया दोस्त हुंदी कि मुंडा? दोनों वैसे अच्छे होते हैं बट अगर गर्ल्स के बारे में कहो तो फिर वो सारी प्रॉब्लम शेयर भी कर सकते हैं, बॉयज के साथ इतना फ्रेंडली नहीं हो सकते। ओके ओके तुसी की कहने हो? दोनों ही सही होने चाहिए पर थोड़ा नेचर अच्छे होने चाहिए है। ते जिवें गर्ल जो है ओहदे नाल असीं अपनी परसनल प्रॉब्लम भी शेयर कर सकते, मुंडिया नाल थोड़ा और रहिंदा है कि वह दूजा नूं ना दसदे। हाँ जी ठीक है चलो, मैनूं चंगा लगा जी गल करके। थैंक यू थैंक यू थैंक यू। होर तां नहीं सुनाउणा गाना? थैंक यू बाय। सो प्राइम व्यूज प्रोग्राम तुसी देख रहे से, अज दा मैं कूल जिहा टॉपिक ले आई सी कि मुंडे वधिया दोस्त हुंदे या फिर कुड़ियां। तुसी सारे दे जवाब सुन ले, जे मैं अपनी गल करां तो 50-50 आ, बाकी अंडरस्टैंडिंग दी गल हुंदी, भावें कुड़ी तुहाडी दोस्त होवे भावें मुंडा, अंडरस्टैंडिंग होवे, तुहानू समझण वाले होण तां कोई भी फिक नहीं पैंदी, कोई भी नाराज़ नहीं हुंदा। बाकी वधिया जिथे प्यार आ उह वधिया यारी आ। कई वारी दोस्ती जिहड़ी चंगी आ मम्मी नाल भी हो जांदी, प्यो नाल भी हो जांदी, ब्रदर नाल भी हो जाती, सिस्टर नाल भी हो जाती, पर कंपैरिजन जो कुड़ी मुंडे का करिए मैं लगता कि बैलेंस ही हुंदा है। ट्रस्ट अंडरस्टैंडिंग होनी चाहिए, अजकल दोनों ही सेम ही चीज़ा है। प्रोग्राम किवें दा लगा जरूर दस्यो कॉमेंट करके, तुसी की सोचते हो वह भी दस्यो, लाइक भी करो शेयर भी करो। हुण मैनूं नीलम कुईन दो इजाजत, तुसी देखते रहो प्राइम इनिशिएटिव, तुहाडा अपना तुहाडे लई। टेक केयर बाय, सत श्री अकाल।